ਬਿਕਰਮ ਮਜੀਠੀਆ ਨੂੰ ਹਾਲ ਤੱਕ ਪਾਰਟੀ ਨੇ ਕਿਉਂ ਨਹੀਂ ਰੈਟ ਕਰਿਆ ਕਾਂਗਰਸ ਦੇ ਵਿੱਚ ਤਾਂ ਪਾਓ ਅਗਰ ਦੂਸਰੀਆਂ ਪਾਰਟੀਆਂ ਤੁਸੀਂ 70 ਸਾਲ ਦਾ ਸਮਾਂ ਦਿਆ ਤਾਂ ਇੱਕ ਮੌਕਾ ਆਮ ਆਦਮੀ ਪਾਰਟੀ ਮੁੱਖ ਮੰਤਰੀ ਦੇ ਚਿਹਰੇ ਨਾਲ ਹੀ ਕੀ ਲੱਗਦਾ ਵੀ ਆਮ ਆਦਮੀ ਪਾਰਟੀ ਨੇ ਹਜੇ ਤੱਕ ਮੁੱਖ ਮੰਤਰੀ ਅਨਾਊਂਸ ਨਹੀਂ ਕੀਤਾ ਤੇ ਅੱਜ ਖਿਦਰਾਬਾਦ ਦਾ ਵਿਕਾਸ ਹੋਇਆ ਵੀ ਹੈ ਤਾਂ ਉਹ ਲੀਡਰਾਂ ਨੇ ਵਿਕਾਸ ਕਰਕੇ ਕੋਈ ਅਹਿਸਾਨ ਥੋੜ੍ਹੀ ਕਰਦਾ ਸਾਡੇ 'ਤੇ ਵੀ ਅਸੀਂ ਕੋਈ ਲੇਕਿਨ ਉਰੇ ਜਿਹੜਾ ਵੀ ਨੇਤਾ ਆਉਂਦਾ ਉਹ ਲੁੱਟਣ ਔਰ ਸੁੱਟਣ ਦੇ ਹੀ ਆਉਂਦੇ ਕਿਉਂਕਿ ਇੱਥੇ ਮੈਨਿੰਗ ਬਹੁਤ ਹੈ ਚੰਡੀਗੜ੍ਹ ਦੇ ਨਾਲ ਲੱਗਣ ਦੇ ਬਾਵਜੂਦ ਵੀ ਨਵੇਂ ਗਰਾਉਂ ਦੇ ਵਿੱਚ ਹਾਲੇ ਉਹ ਵਿਕਾਸ ਨਹੀਂ ਹੋਇਆ ਜੋ ਹੋਣਾ ਚਾਹੀਦਾ ਉਹ ਕਮਰ ਸੰਧੂ ਨੇ ਕਰਿਆ ਬਹੁਤ ਗਲਤ ਕਰਿਆ ਲੋਕਾਂ ਨੇ ਉਹਨਾਂ ਨੂੰ ਪਹਿਲੀ ਵਾਰ ਇਹ 5 ਰੁਪਏ ਰੇਤਾ ਕਿਤੇ ਵੀ ਨਹੀਂ ਮਿਲਦਾ ਤੁਸੀਂ ਦਵਾ ਕੇ ਦਵਾਓ ਮੈਨੂੰ ਕਿੱਥੇ ਅਸੀਂ ਤਾਂ ਆਮ ਆਦਮੀ ਪਾਰਟੀ ਦਾ ਜਿਹੜਾ ਤੀਜਾ ਬਦਲ ਹੈ ਉਹ ਪੰਜਾਬ ਦੇ ਵਿੱਚ ਲੈ ਕੇ ਆਉਣਾ ਇੱਕ ਇੱਕ ਪਾਰਟੀ ਅੱਜ ਤੁਸੀਂ ਮੈਨੂੰ ਇਹ ਦੱਸੋ ਕਿ ਕਿਆ ਪੰਜਾਬ ਦੇ ਵਿੱਚ ਧਰਨੇ ਖਤਮ ਹੋ ਗਏ ਖੈੜ ਦੇ ਵਿੱਚ ਦੇਖ ਲਓ ਮਰੰਡੇ ਦੇ ਵਿੱਚ ਦੇਖ ਲਓ ਅਤੇ ਅਸੀਂ ਕੈਪਟਨ ਸਾਹਿਬ ਇੱਕ ਵੀ ਵਾਅਦਾ ਹੈ ਜਿਹੜਾ ਉਹ ਨਹੀਂ ਕਰ ਪਾਏ ਅੱਜ ਜੋ ਤੁਸੀਂ ਦੇਖ ਰਹੇ ਹੋ ਖੰਨਾ ਟਾਈਮ ਟੀਵੀ ਜਿਸ ਤਰ੍ਹਾਂ ਵਿਧਾਨ ਸਭਾ ਚੋਣਾਂ 2022 ਦੀਆਂ ਚੋਣਾਂ ਨੇੜੇ ਆ ਰਹੀਆਂ ਅਤੇ ਉਸ ਤਰ੍ਹਾਂ ਚੋਣ ਦੰਗਲ ਭਖਦਾ ਜਾ ਰਿਹਾ ਅਤੇ ਸਾਡੇ ਨਾਲ ਅੱਜ ਜੋ ਕਿ ਆਮ ਆਦਮੀ ਪਾਰਟੀ ਤੋਂ ਵਾਈਸ ਪ੍ਰਧਾਨ ਨੋਨੂ ਭੱਟੀ ਜੀ ਪਿੰਡ ਖਿਜਰਾਵਾ ਤੋਂ ਸਾਡੇ ਨਾਲ ਮੌਜੂਦ ਨੇ ਨੋਨੂ ਭੱਟੀ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਬਹੁਤ ਬਹੁਤ ਧੰਨਵਾਦ ਜੀ ਅਤੇ ਨੋਨੂ ਭੱਟੀ ਜੀ ਕੀ ਲੱਗਦਾ ਵੀ ਚੋਣ ਦੰਗਲ ਕਿੱਦਾਂ ਦਾ ਰਹੂਗਾ ਇਸ ਵਾਰ ਇਸ ਵਾਰ ਦਾ ਜਿਹੜਾ ਚੋਣ ਦੰਗਲ ਹੈ ਉਹ ਪਹਿਲਾਂ ਨਾਲੋਂ ਜਿਹੜੇ ਚੋਣਾਂ ਹੋਈਆਂ ਉਹਨਾਂ 'ਤੇ ਬਿਲਕੁਲ ਹਟ ਕੇ ਹੋਊਗਾ ਕਿਉਂਕਿ ਇਹਨਾਂ ਰਵਾਇਤੀ ਪਾਰਟੀ ਨੇ 70 ਸਾਲ ਸਾਡੇ 'ਤੇ ਰਾਜ ਕਰਿਆ 70 ਸਾਲ ਦੇ ਵਿੱਚ ਇਹਨਾਂ ਨੇ ਇਸ ਦੇਸ਼ ਦਾ ਜਿਹੜਾ ਹੈ ਉਹ ਬੇੜਾ ਗਰਕ ਕਰਕੇ ਰੱਖ ਦਿੱਤਾ ਖਾਸ ਕਰ ਅਸੀਂ ਪੰਜਾਬ ਦੀ ਗੱਲ ਕਰੀਏ ਅਸੀਂ ਮੈਂ ਬਹੁਤਾ ਪਿੱਛੇ ਨਹੀਂ ਜਾਣਾ ਚਾਹੁੰਦਾ ਜੇ ਆਪਾਂ 15 ਸਾਲ ਦੀ ਰਾਜਨੀਤੀ ਦੇਖੀਏ 10 ਸਾਲ ਅਕਾਲੀ ਦਲ ਨੇ ਰਾਜ ਕਰਿਆ ਅਤੇ 5 ਸਾਲ ਕਾਂਗਰਸ ਨੇ ਕਰਿਆ ਇਹਨਾਂ ਨੇ ਤਕਰੀਬਨ ਲੱਖਾਂ ਕਰੋੜਾਂ ਦਾ ਮੇਰੇ ਖਿਆਲ 3 ਲੱਖ ਕਰੋੜ ਦਾ ਕਰਜ਼ਾ ਪੰਜਾਬ ਦੇ ਸਿਰ 'ਤੇ ਹੈ ਅਤੇ ਅੱਜ ਵਿਰੋਧੀ ਪਾਰਟੀ ਵੀ ਬੋਲ ਰਹੀ ਹੈ ਕਿ ਆਮ ਆਦਮੀ ਪਾਰਟੀ ਪੰਜਾਬ ਨੂੰ ਲੁੱਟਣ ਆਈ ਹੈ ਮੈਂ ਉਹਨਾਂ ਨੂੰ ਇੱਕ ਕੁਐਸਚਨ ਕਰਨਾ ਚਾਹੁੰਦਾ ਕਿ ਉਹਨਾਂ ਨੇ ਪੰਜਾਬ ਦੇ ਵਿੱਚ ਲੁੱਟਣ ਨੂੰ ਛੱਡਿਆ ਕਿਆ ਹੈ ਕਾਂਗਰਸ ਪਾਰਟੀ ਮਤਲਬ ਕਿ ਇਲਜ਼ਾਮ ਲਗਾਉਂਦੀ ਹੈ ਵੀ ਅਕਾਲੀਆਂ ਨੇ ਜੋ ਇੰਨਾ ਕਰਜ਼ਾ ਪੰਜਾਬ ਦੇ ਉੱਪਰ ਛੱਡਿਆ ਉਹ ਅਕਾਲੀਆਂ ਦੇ ਕਰਕੇ ਚੜਿਆ ਜੋ ਵੀ ਚੜਿਆ ਦੇਖੋ ਅਕਾਲੀ ਦਲ ਵੀ ਪੰਜਾਬ ਦੇ ਸਿਰ 'ਤੇ ਕਰਜ਼ ਚੜਾ ਕੇ ਗਈ ਹੈ ਲੇਕਿਨ ਜਿੰਨਾ ਅਕਾਲੀ ਦਲ ਨੇ 10 ਸਾਲ ਦੇ ਵਿੱਚ ਚੜਾਇਆ ਮੇਰੇ ਖਿਆਲ ਕਾਂਗਰਸ ਨੇ ਉਹ 5 ਸਾਲ ਦੇ ਵਿੱਚ ਡਬਲ ਕਰਤਾ ਅਤੇ ਕੈਪਟਨ ਸਰਕਾਰ 4.5 ਸਾਲ ਕੰਮ ਕੀਤਾ ਸੌ ਵੀ ਖਾਧੀ ਸੀ ਗੁਟਕਾ ਸਾਹਿਬ ਦੀ ਪਰ ਪੰਜਾਬ ਦੇ ਵਿੱਚ ਕੰਮ ਨਹੀਂ ਹੋਏ ਦੇਖੋ ਜਿਹੜੀਆਂ ਝੂਠੀਆਂ ਕਸਮਾਂ ਹੁੰਦੀਆਂ ਫਿਰ ਉਹ ਬੰਦੇ ਦੇ ਅੱਗੇ ਤਾਂ ਆਉਂਦੀਆਂ ਹੀ ਹੈ ਕੈਪਟਨ ਸਾਹਿਬ ਨੇ ਦਮਦਮਾ ਗੁਰਦੁਆਰੇ ਸਾਹਿਬ ਨੇ ਹੱਥ ਕਰਕੇ ਗੁਟਕਾ ਸਾਹਿਬ ਹੱਥ ਦੇ ਵਿੱਚ ਫੜ ਕੇ ਸੌਂਹ ਖਾਧੀ ਸੀ ਕਿ ਮੈਂ 4 ਹਫ਼ਤੇ ਦੇ ਵਿੱਚ ਪੰਜਾਬ ਦੇ ਵਿੱਚ ਨਸ਼ਾ ਖਤਮ ਕਰ ਦੂੰਗਾ ਹਰ ਘਰ ਨੌਕਰੀ ਦਊਂਗਾ ਸਮਾਲ ਸਕੂਲ ਨੌਕਰੀਆਂ ਯਾਨੀ ਕਿ ਬਹੁਤ ਵਾਅਦੇ ਕੀਤੇ ਸੀ ਕੈਪਟਨ ਸਾਹਿਬ ਇੱਕ ਵੀ ਵਾਅਦਾ ਹੈ ਜਿਹੜਾ ਉਹ ਨਹੀਂ ਕਰ ਪਾਏ ਅੱਜ ਜੋ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਆ ਕੇ ਉਹਨਾਂ ਨੇ ਝੂਠੀ ਕਸਮ ਖਾਧੀ ਸੀ ਅੱਜ ਉਸ ਦਾ ਜਿਹੜਾ ਨਤੀਜਾ ਹੈ ਉਹ ਭੁਗਤ ਰਹੇ ਹੈ ਅਤੇ ਕੀ ਲੱਗਦਾ ਵੀ ਤੁਸੀਂ ਖਰੜ ਹਲਕੇ ਦੇ ਵਿੱਚ ਕੰਮ ਕਰ ਰਹੇ ਹੋ ਨਾ ਐਜ ਏ ਪ੍ਰਧਾਨ ਅਤੇ ਹਰੇਕ ਸਾਲ ਇੱਥੋਂ ਮਤਲਬ ਕਿ ਜੋ ਪੈਰਾਸ਼ੂਟ ਹੈ ਸਿੱਟ ਦਿੱਤਾ ਜਾਂਦਾ ਹਰੇਕ ਪਾਰਟੀ ਵੱਲੋਂ ਮਤਲਬ ਕਿ ਜੋ ਜੰਪਲ ਨੇ ਇੱਥੋਂ ਦੇ ਉਹ ਉਮੀਦਵਾਰ ਨਹੀਂ ਲਾਉਂਦੇ ਜਾਂਦੇ ਕੀ ਕਰ ਸਕਦੇ ਦੇਖੋ ਇਹ ਜਿਹੜਾ ਫੈਸਲਾ ਇਹ ਪਾਰਟੀ ਹਾਈ ਕਮਾਂਡ ਦਾ ਫੈਸਲਾ ਹੈ ਅਤੇ ਇਸ ਵਾਰੀ ਕਾਫੀ ਲੋਕਲ ਚਿਹਰਿਆਂ ਨੇ ਵੈਸੇ ਅਪਲਾਈ ਕੀਤਾ ਸੀ ਟਿਕਟ ਦੇ ਲਈ ਜਿਨ੍ਹਾਂ ਵਿੱਚੋਂ ਮੈਂ ਵੀ ਇੱਕ ਸੀ ਲੇਕਿਨ ਇਹ ਪਾਰਟੀ ਹਾਈ ਕਮਾਂਡ ਦਾ ਫੈਸਲਾ ਜੋ ਉਹਨਾਂ ਨੇ ਫੈਸਲਾ ਕਰਿਆ ਇਹ ਕੁਝ ਸੋਚ ਸਮਝ ਕੇ ਹੀ ਕਰਿਆ ਹੋਊਗਾ ਅਤੇ ਅਸੀਂ ਦੇਖੋ ਕਿਸੇ ਬੰਦੇ ਦੀ ਸਪੋਰਟ 'ਚ ਨਹੀਂ ਹੈ ਜੇ ਅਸੀਂ ਕਿਸੇ ਇੱਕ ਪਰਸਨ ਦੀ ਸਪੋਰਟ 'ਚ ਨਹੀਂ ਹੈ ਅਸੀਂ ਤਾਂ ਆਮ ਆਦਮੀ ਪਾਰਟੀ ਦਾ ਜਿਹੜਾ ਤੀਜਾ ਬਦਲ ਹੈ ਉਹ ਪੰਜਾਬ ਦੇ ਵਿੱਚ ਲੈ ਕੇ ਆਉਣਾ ਇੱਕ ਇੱਕ ਪਾਰਟੀ ਹੈ ਜੋ ਪੰਜਾਬ ਨੂੰ ਬਚਾ ਸਕਦੀ ਹੈ ਪੰਜਾਬ ਨੂੰ ਰੰਗਲਾ ਪੰਜਾਬ ਬਣਾ ਸਕਦੀ ਹੈ ਉਹ ਆਮ ਆਦਮੀ ਪਾਰਟੀ ਹੈ ਅਤੇ ਅਰਵਿੰਦ ਕੇਜਰੀਵਾਲ ਜੀ ਵੱਲੋਂ 1,000 ਰੁਪਏ ਦਾ ਐਲਾਨ ਕੀਤਾ ਗਿਆ ਸੀਗਾ ਵੀ 18 ਸਾਲ ਤੋਂ ਉੱਪਰ ਦੀਆਂ ਜਿੰਨੇ ਵੀ ਲੜਕੀਆਂ ਹੋਣਗੀਆਂ ਉਹਨਾਂ ਨੂੰ 1,000 ਰੁਪਇਆ ਦਿੱਤਾ ਜਾਵੇਗਾ ਇਹ ਸਹੀ ਹੈ ਜਾਂ ਗਲਤ ਹੈ ਤੁਹਾਡੇ ਹਿਸਾਬ ਨਾਲ ਸਹੀ ਹੈ ਜੀ ਇਹ ਕਿਸ ਤਰ੍ਹਾਂ ਮਤਲਬ ਕਿ ਦੇਖੋ ਕਈ ਤਾਂ ਲੋਕ ਇੱਦਾਂ ਦੇ ਹੈ ਕਈ ਲੇਡੀਜ਼ ਇੱਦਾਂ ਦੇ ਹੈ ਜਿਹੜੇ ਚੰਗੇ ਘਰ ਦੇ ਵਿੱਚ ਹੈ ਜਾਂ ਮੰਨ ਕੇ ਚੱਲੋ ਉਹਨਾਂ ਦਾ ਕੰਮ ਕਾਰ ਚੰਗਾ ਹੈ ਨਾ ਉਹਨਾਂ ਦੇ ਕਾਰੋਬਾਰ ਅੱਛੇ ਹੈ ਅੱਛੇ ਪੜ੍ਹੇ ਲਿਖੇ ਵੀ ਹੈ ਔਰ ਜੋਬ ਵੀ ਕਰਦੇ ਹੈ ਨਾ ਲੇਕਿਨ ਗਰੀਬ ਬੰਦੇ ਵਾਸਤੇ ਜਿਨ੍ਹਾਂ ਨੇ ਰੋਜ਼ ਦਾ ਖਾਣਾ ਕਮਾਉਣਾ ਉਹਨਾਂ ਵਾਸਤੇ ਤਾਂ 1,000 ਰੁਪਇਆ ਵੀ ਬਹੁਤ ਹੁੰਦਾ ਕਿਉਂਕਿ ਦੂਸਰੀਆਂ ਪਾਰਟੀ ਰਵਾਇਤੀ ਪਾਰਟੀਆਂ ਇਲਜ਼ਾਮ ਲਗਾ ਰਹੀਆਂ ਨੇ ਵੀ ਅਗਰ 1,000 ਰੁਪਇਆ ਅਰਵਿੰਦ ਕੇਜਰੀਵਾਲ ਦੇ ਰਿਹਾ ਤਾਂ ਉਹ ਕੰਮ ਵੀ ਤਾਂ ਦੇ ਸਕਦਾ ਪੰਜਾਬ ਦੇ ਵਿੱਚ ਅਰਵਿੰਦ ਕੇਜਰੀਵਾਲ ਨੂੰ ਜਿਹੜੇ ਕੁਐਸਚਨ ਕਰ ਰਹੇ ਹੈ ਮੈਂ ਉਹਨਾਂ ਨੂੰ ਕੁਐਸਚਨ ਕਰਨਾ ਚਾਹੁੰਦਾ ਕਿ ਉਹਨਾਂ ਨੇ 70 ਸਾਲ ਦੇ ਵਿੱਚ ਮਹਿਲਾ ਨੂੰ ਕਿੰਨਾ ਕੰਮ ਦਿੱਤਾ ਜਵਾਬ ਹੈ ਇਸ ਗੱਲ ਦਾ ਜੇ ਅੱਜ ਅਰਵਿੰਦ ਕੇਜਰੀਵਾਲ 1,000 ਰੁਪਇਆ ਹਰ ਇੱਕ ਔਰਤ ਨੂੰ ਪੰਜਾਬ ਦੇ ਵਿੱਚ ਦੇਣ ਦਾ ਐਲਾਨ ਕਰਿਆ ਤਾਂ ਉਸਦੇ ਵਿੱਚ ਇੰਨੀ ਘਬਰਾਹਟ ਕਿਉਂ ਆ ਉਹਨਾਂ ਨੂੰ
ਇਹ ਜਿਹੜੇ ਕੇਜਰੀਵਾਲ ਨੂੰ ਕੁਐਸਚਨ ਕਰ ਰਹੇ ਹੈ ਕਿ ਕੋਈ ਉਹਨਾਂ ਨੂੰ ਕਾਰੋਬਾਰ ਦੇ ਸਕਦਾ ਸੀ, ਕਾਰੋਬਾਰ ਵੀ ਦੇਵਾਂਗੇ ਮੌਕਾ ਆਉਣ 'ਤੇ, ਲੇਕਿਨ ਇਹ ਤਾਂ ਕਾਰੋਬਾਰ ਦੇ ਸਕਦੇ ਨੇ ਕਾਂਗਰਸ ਤੋਂ, ਮੌਜੂਦਾ ਸਰਕਾਰ ਦੇ ਵਿੱਚ ਬੈਠੀ ਹੈ, ਅਕਾਲੀ ਦਲ 10 ਸਾਲ ਰਹੀ ਹੈ, ਇਹ ਦੇ ਸਕਦੀ, ਇਹਨਾਂ ਨੇ ਕਿਉਂ ਨਹੀਂ ਦੇਆ ਕੋਈ? ਪਿਛਲੇ 1.5-2 ਮਹੀਨੇ ਤੋਂ ਚੰਨੀ ਸਰਕਾਰ ਨਵੀਂ ਆਈ ਹੈ 4.5-5 ਸਾਲ ਤੋਂ ਬਾਅਦ, ਅਤੇ ਬੋਰਡ ਲਗਾਏ ਗਏ ਨੇ, ਮਤਲਬ ਕਿ ਸੜਕਾਂ ਦੇ ਉੱਪਰ ਲੋਕਾਂ ਦੀ ਸਰਕਾਰ, ਆਮ ਜਨਤਾ ਦੀ ਸਰਕਾਰ, ਇਸਦਾ ਕੀ ਮਤਲਬ ਹੈ ਵੀ ਇੰਨੇ ਖਰਚਾ ਕਰਨਾ ਬੋਰਡਾਂ ਦੇ ਉੱਪਰ? ਦੇਖੋ, ਇਹ ਤਾਂ ਇੱਕ ਖਜ਼ਾਨੇ ਨੂੰ ਢਾਹ ਲਾਉਣ ਵਾਲੀ ਗੱਲ ਹੈ। ਬੋਰਡ ਲਾਉਣ ਅਤੇ ਲਿਖਣ ਨਾਲ ਕੋਈ ਜਿਹੜਾ ਪੰਜਾਬ ਦਾ ਵਿਕਾਸ ਨਹੀਂ ਹੁੰਦਾ ਹੈਗਾ। ਅੱਜ ਤੁਸੀਂ ਮੈਨੂੰ ਇਹ ਦੱਸੋ ਕਿ ਕਿਆ ਪੰਜਾਬ ਦੇ ਵਿੱਚੋਂ ਧਰਨੇ ਖਤਮ ਹੋ ਗਏ? ਖੈੜ ਦੇ ਵਿੱਚ ਦੇਖ ਲਓ, ਮੋਰਿੰਡੇ ਦੇ ਵਿੱਚ ਦੇਖ ਲਓ, ਜੇ ਚੰਨੀ ਨੇ ਬਾਕੀ ਕੰਮ ਕਰਿਆ ਤਾਂ ਇਹ ਜਿਹੜੇ ਧਰਨੇ ਸੀ ਇਹ ਖਤਮ ਹੋਣੇ ਚਾਹੀਦੇ ਹੈ। ਇਹ ਸਿਰਫ ਜੁਮਲਾਬਾਜ਼ੀ ਹੈ। ਚੰਨੀ ਤਾਂ ਇੱਕ ਪਾਸੇ, ਜਿੱਦਾਂ ਕਹਿੰਦੇ ਆਪਾਂ ਕਿਰਾਏ ਪਰ ਕੋਈ ਚੀਜ਼ ਬੁੱਕ ਕਰੀ ਹੁੰਦੀ, ਉਹਦਾ ਕਿਰਾਏ 'ਤੇ ਇੱਕ CM ਲੈ ਕੇ ਆਏ ਵੇ ਹੈ, ਉਹਨੂੰ ਇਸਤੇਮਾਲ ਕਰਕੇ ਕਾਂਗਰਸ ਸੱਤਾ ਦੇ ਵਿੱਚ ਆਉਣਾ ਚਾਹੁੰਦੀ ਹੈ, ਲੇਕਿਨ ਲੋਕ ਜਿਹੜੇ ਹੈ ਉਹ ਸਮਝ ਚੁੱਕੇ ਹੈ, ਲੋਕ ਅੱਜ ਇਹਨਾਂ ਦੀਆਂ ਗੱਲਾਂ ਦੇ ਵਿੱਚ ਆਉਣੇ ਵਾਲੇ ਨਹੀਂ। ਦੇਖੋ, ਜੇ ਭ੍ਰਿਸ਼ਟਾਚਾਰ ਖਤਮ ਹੋਇਆ ਹੈ ਤਾਂ ਉਹਨਾਂ ਨੇ CM ਦਾ ਜਿਹੜਾ ਆਪਣਾ ਹਲਕਾ ਚਮਕੌਰ ਸਾਹਿਬ, ਜਿਹੜੀ ਗੁਰੂਆਂ ਪੀਰਾਂ ਦੀ ਧਰਤੀ ਹੈ, ਉੱਥੇ ਕਿਉਂ ਨਹੀਂ ਮੈਨਿੰਗ ਹੁਣ ਤੱਕ ਬੰਦ ਹੋਈ? ਨਾਲੇ ਜਿਹੜਾ ਤੁਸੀਂ 5 ਰੁਪਏ ਰੇਟ ਲਈ ਗੱਲ ਕਰੀ ਹੈ, ਇਹ ਸਿਰਫ ਐਲਾਨੇ ਹੈ, 5 ਰੁਪਏ ਰੇਤਾ ਕਿਤੇ ਵੀ ਨਹੀਂ ਮਿਲਦਾ। ਤੁਸੀਂ ਦਵਾ ਕੇ ਦਵਾਓ, ਮੈਨੂੰ ਕਿੱਥੇ ਮਿਲਦਾ? ਕਿਤੇ ਵੀ ਨਹੀਂ ਮਿਲ ਰਿਹਾ 5 ਰੁਪਏ ਰੇਤਾ, ਇਹ ਸਿਰਫ ਐਲਾਨ ਹੈ, ਇਹ ਕੁਛ ਨਹੀਂ ਹੈਗਾ। ਇਹ ਦੇਖ ਸਕਦੇ ਹੋ ਵੀ ਨੋਨੂ ਭੱਟੀ ਜੀ ਨੇ ਦੱਸਿਆ ਵੀ ਕਈ ਪੰਜਾਬ ਦੇ ਮੁੱਦਿਆਂ ਦੇ ਬਾਰੇ ਗੱਲ ਕੀਤੀ ਹੈ ਵੀ ਬਹੁਤ ਵੱਡੇ ਵੱਡੇ ਦਾਅਵੇ ਸਰਕਾਰਾਂ ਕਰਦੀਆਂ ਨੇ, ਪਰ ਅੱਜ ਤੱਕ ਕੋਈ ਸਹੀ ਫੈਸਲਾ ਪੰਜਾਬ ਦੇ ਵਿੱਚ ਨਹੀਂ ਹੋਇਆ। ਖਰੜ ਹਲਕੇ ਦੀ ਨੋਨੂ ਭੱਟੀ ਜੀ ਆਪਾਂ ਗੱਲ ਕਰੀਏ, ਮਤਲਬ ਕਿ ਪਿੱਛੇ ਜੇ ਆਮ ਆਦਮੀ ਪਾਰਟੀ ਵੱਲੋਂ ਆਪਣਾ ਕਮਲ ਸੰਧੂ ਨੂੰ ਟਿਕਟ ਮਿਲੀ ਸੀਗੀ, ਜਿੱਤੇ ਵੀ ਸੀਗੇ, ਪਰ ਲੋਕਾਂ ਦੇ ਵਿੱਚ ਆਣ ਕੇ ਮਿਲੇ ਨਹੀਂ ਲੋਕਾਂ ਦੇ ਵਿੱਚ। ਦੇਖੋ, ਕਮਲ ਸੰਧੂ ਦੇ ਕਰਕੇ ਸਾਨੂੰ ਕਾਫੀ ਲੋਕਾਂ ਤੋਂ ਗੱਲਾਂ ਸੁਣਨੀਆਂ ਪਈਆਂ। ਉਸਦੇ 2 ਮੁੱਖ ਕਾਰਨ ਹੋ ਸਕਦੇ, ਨੰਬਰ 1 ਤਾਂ ਉਹਦਾ ਜਵਾਨ ਬੇਟਾ ਸੀ, ਉਹ ਗੁਜ਼ਰ ਗਿਆ ਸੀ, ਉਹਦੇ ਕਰਕੇ ਥੋੜ੍ਹਾ ਉਹ ਲੋਕਾਂ ਦੇ ਵਿੱਚ ਨਹੀਂ ਗਏ, ਲੇਕਿਨ ਜਦੋਂ ਜਾਣਾ ਉਹਨਾਂ ਨੇ ਸ਼ੁਰੂ ਵੀ ਕਰਿਆ, ਉਹਨਾਂ ਨੇ ਉਸ ਤਰੀਕੇ ਨਾਲ ਲੋਕਾਂ ਤੱਕ ਪਹੁੰਚ ਨਹੀਂ ਕਰੀ ਤਾਂ ਕਿ ਲੋਕ ਉਹਨਾਂ ਨਾਲ ਜੁੜੇ ਰਹਿੰਦੇ, ਆਮ ਆਦਮੀ ਪਾਰਟੀ ਵਿੱਚੋਂ ਰਹਿੰਦੇ। ਉਹਨਾਂ ਨੇ ਨਹੀਂ ਚੰਗੇ ਤਰੀਕੇ ਨਾਲ ਕੰਮ ਕਰਿਆ ਤਾਂ ਪਾਰਟੀ ਨੇ ਉਹਨਾਂ ਨੂੰ ਜਿਹੜਾ ਹੈ ਉਹ ਸਸਪੈਂਡ ਕਰਤਾ। ਅਤੇ ਅੱਜ ਤੱਕ ਕੋਈ ਐਸਾ ਥਰਮਾਮੀਟਰ ਤਾਂ ਹੈ ਨਹੀਂ ਵੀ ਆਪਾਂ ਬੰਦੇ ਦੇ ਲਾ ਕੇ ਚੈੱਕ ਕਰ ਲਈਏ ਵੀ ਗਰਦਾਰ ਹੈ ਜਾਂ ਸਹੀ ਹੈ, ਠੀਕ ਹੈ ਨਾ। ਦੇਖੋ, ਪਾਰਟੀ ਕਦੇ ਖਤਮ ਨਹੀਂ ਹੁੰਦੀ ਸੀ, ਹੁਣ ਕੈਪਟਨ ਅਮਰਿੰਦਰ ਸਿੰਘ ਚਲੇ ਗਏ, ਰਾਣਾ ਸੋਢੀ ਚਲੇ ਗਏ, ਆਮ ਆਦਮੀ ਪਾਰਟੀ ਖਤਮ ਨਹੀਂ ਹੋਈ ਹੈਗੀ, ਆਮ ਆਦਮੀ ਪਾਰਟੀ ਦਾ ਵਜੂਦ ਪੰਜਾਬ ਦੇ ਵਿੱਚ ਖੜਿਆ ਹੈ। ਇਹ ਤਾਂ ਜਿਹੜੇ ਲੀਡਰ ਹੁੰਦੇ ਹੈ ਇਹ ਤਾਂ ਆਉਂਦੇ ਜਾਂਦੇ ਰਹਿੰਦੇ, ਇਹਨਾਂ ਦਾ ਕਿਤੇ ਨਾ ਕਿਤੇ ਆਪਾਂ ਦੇਖੀ ਵੀ ਲੋਕਾਂ ਨੇ ਵੋਟ ਪਾ ਕੇ ਜਿਤਾਇਆ ਕਮਲ ਸੰਧੂ ਨੂੰ, ਅਤੇ ਮਤਲਬ ਕਿ ਮਤਲਬ ਕਿ ਲੋਕਾਂ ਦੇ ਨਾਲ ਮਿਲਣਾ ਗੁਲਣਾ ਬੰਦ ਕਰਤਾ ਉਹਨਾਂ ਨੇ, ਲੋਕ ਦਫ਼ਤਰ 'ਚ ਜਾਂਦੇ ਸੀਗੇ ਉਹਨਾਂ ਨੂੰ ਦਫ਼ਤਰ 'ਚ ਨਹੀਂ ਮਿਲਦੇ ਸੀਗੇ, ਇਹ ਇੱਦਾਂ ਦੀ ਨਾਕਾਮੀ। ਦੇਖੋ, ਇਹ ਬਹੁਤ ਵੱਡੀ ਨਾਕਾਮੀ ਹੈ, ਅਸੀਂ ਇਸ ਚੀਜ਼ ਨੂੰ ਮੰਨਦੇ ਹਾਂ। ਇਸ ਚੀਜ਼ ਜੋ ਕਮਲ ਸੰਧੂ ਨੇ ਕਰਿਆ ਬਹੁਤ ਗਲਤ ਕਰਿਆ, ਲੋਕਾਂ ਨੇ ਉਹਨਾਂ ਨੂੰ ਪਹਿਲੀ ਵਾਰ ਆਪਣੀ ਪਲਕਾਂ 'ਤੇ ਬਿਠਾਇਆ, ਬਹੁਤ ਜ਼ਿਆਦਾ ਜਿਹੜਾ ਪਿਆਰ ਹੈ ਲੋਕਾਂ ਨੇ ਉਹਨੂੰ ਦਿੱਤਾ, ਤਾਂ ਉਹਨਾਂ ਨੇ ਲੋਕਾਂ ਦੇ ਨਾਲ ਵਿਸ਼ਵਾਸਘਾਤ ਕਰਿਆ। ਲੇਕਿਨ ਜਿਹੜੇ ਨੁਮਾਇੰਦੇ ਨੂੰ ਅਸੀਂ 70 ਸਾਲ ਤੋਂ ਚੁਣੇ ਹਾਂ, ਮੰਨਦੇ ਕਿ ਆਮ ਆਦਮੀ ਪਾਰਟੀ ਨੇ ਹਲਕਾ ਖੜਦੇ 5 ਸਾਲ ਖਰਾਬ ਕਰੇ ਹੈ, ਲੇਕਿਨ ਜਿਹਨਾਂ ਨੇ ਸਾਡੇ 70 ਸਾਲ ਖਰਾਬ ਕਰਤੇ ਲੋਕ, ਉਹਨਾਂ ਨੂੰ ਵੀ ਇਹ ਕੁਐਸਚਨ ਕਰਨਾ ਨਹੀਂ। ਹੁਣ ਲੱਗਦਾ ਵੀ ਤੁਹਾਨੂੰ ਇਸ ਵਾਰ ਜੋ ਆਮ ਆਦਮੀ ਪਾਰਟੀ ਖਰੜ ਹਲਕੇ ਤੋਂ ਜਿੱਤ ਜੂਗੀ? ਦੇਖੋ, ਅਸੀਂ ਆਪਣੇ ਵੱਲੋਂ ਤਾਂ ਪੂਰੀ ਕੋਸ਼ਿਸ਼ ਕਰਾਂਗੇ ਲੋਕਾਂ ਦੇ ਵਿੱਚ ਪੂਰਾ ਉਤਸ਼ਾਹ ਤੀਜਾ ਬਦਲ ਲਿਆਉਣ ਦੀ। ਲੋਕ ਕਮਲ ਸੰਧੂ ਨੂੰ ਜਾਂ ਅਨਮੋਲ ਗਗਨ ਨੂੰ ਨਹੀਂ ਦੇਖ ਰਹੇ, ਲੋਕ ਇਹ ਦੇਖ ਰਹੇ ਹੈ ਕਿ ਪੰਜਾਬ ਦੇ ਵਿੱਚ ਅਸੀਂ ਆਮ ਆਦਮੀ ਪਾਰਟੀ ਦੀ ਸਰਕਾਰ ਲੈ ਕੇ ਆਉਣੀ ਹੈ। ਲੋਕ ਕੋਈ ਚਿਹਰਾ ਨਹੀਂ ਦੇਖ ਰਹੇ ਹੈਗੇ, ਲੋਕਾਂ ਨੂੰ ਕੋਈ ਮਤਲਬ ਨਹੀਂ ਹੈ। ਅਗਰ ਕਿਸੇ ਦੀ ਟਿਕਟ ਕੱਟੀ ਵੀ ਜਾਂਦੀ ਨਾ ਤਾਂ ਉਹ ਲੀਡਰਸ਼ਿਪ ਦੇ ਵਿੱਚ ਨਿਰਾਸ਼ਾ ਹੈ, ਉਹ ਲੋਕਾਂ ਵਿੱਚ ਨਿਰਾਸ਼ਾ ਨਹੀਂ ਹੈਗੀ। ਲੋਕ ਸਿਰਫ ਤੀਜਾ ਬਦਲ ਦੇਖ ਰਹੇ ਹੈ, ਲੋਕ ਝਾੜੂ ਨੂੰ ਦੇਖ ਰਹੇ ਹੈ, ਲੋਕ ਇਹਨਾਂ ਦੋਨੇ ਰਵਾਇਤੀ ਪਾਰਟੀਆਂ 'ਤੇ ਤੰਗ ਹੈ। ਉਹ ਆਮ ਆਦਮੀ ਪਾਰਟੀ ਨੂੰ ਹੀ ਵੋਟ ਪਾਓਗੇ, ਨਾ ਕਿ ਕਿਸੇ ਚਿਹਰੇ ਨੂੰ, ਅਤੇ ਨਾ ਹੀ ਕਿਸੇ ਦੇ ਦਬਦਬਾ ਦੇ ਵਿੱਚ ਆ ਕੇ ਉਹ ਕੋਈ ਹੋਰ ਗਲਤ ਫੈਸਲਾ ਲਉਂਗੇ। ਅਤੇ ਕਿਹੜੇ ਮੁੱਦੇ ਨੇ ਖਰੜ ਹਲਕੇ ਦੇ ਜਿਹੜੇ ਅੱਜ ਤੱਕ ਪੈਂਡਿੰਗ ਨੇ, ਜੋ ਇਹਨਾਂ ਦਾ ਆਪਾਂ ਕਹਿ ਸਕਦੇ ਹਾਂ ਵੀ ਅਜੇ ਤੱਕ ਪਤਾ ਹੀ ਨਹੀਂ ਚੱਲਿਆ ਕੁਛ ਵੀ? ਦੇਖੋ, ਖਰੜ ਹਲਕੇ ਦੇ ਬਹੁਤ ਮੁੱਦੇ ਹੈ। ਖੇੜ ਹਲਕੇ ਦੇ ਵਿੱਚ ਪਹਿਲਾਂ ਤਾਂ ਆਪਣਾ ਪਿੰਡ, ਮੇਰਾ ਪਿੰਡ ਖਿਦਰਾਬਾਦ ਹੈ, ਖਿਦਰਾਬਾਦ ਦੇ ਵੀ ਕਾਫੀ ਮੁੱਦੇ ਹੈ, ਜਿੱਦਾਂ ਕਿ ਇੱਥੇ ਬਹੁਤ ਜ਼ਿਆਦਾ ਸ਼ਾਮਲਾਟ ਹੈ, ਸੁਣਨ 'ਚ ਆਇਆ ਕਿ ਉਹਦਾ ਹਾਈਕੋਰਟ ਦੇ ਵਿੱਚ ਕੇਸ ਵੀ ਚੱਲ ਰਿਹਾ। ਲੇਕਿਨ ਅਸੀਂ ਤਾਂ ਇਹ ਚਾਹੁੰਦੇ ਹਾਂ ਕਿ ਦੇਖੋ, ਕਈ ਬੰਦਿਆਂ ਨੇ 20-30-30 40-40 ਕਿੱਲੇ ਸ਼ਾਮਲਾਟ ਦੇ ਦੱਬੇ ਵੀ ਹੈ ਨਾ, ਉਹਨਾਂ 'ਤੇ ਮਿੱਟੀ ਵੀ ਵੇਚਤੀ, ਗਲੈਮਰ ਵੀ ਵੇਚਤਾ, ਉਹ ਉਸ ਜ਼ਮੀਨ ਦੇ ਸਿਰ 'ਤੇ ਅੱਜ ਲੱਖਾਂ ਪਤੀ ਕਰੋੜਾਂ ਪਤੀ ਹੋ ਗਏ। ਇੱਕ ਪਾਸੇ ਅਜਿਹੀਆਂ ਫੈਮਿਲੀ ਵੀ ਖਿਦਰਾਬਾਦ ਦੇ ਵਿੱਚ ਹੈ ਕਿ 2-2 ਮਰਲੇ ਦੇ ਘਰਾਂ ਦੇ ਵਿੱਚ 10-10-15-15 ਜੀ ਰਹਿ ਰਹੇ ਹੈ। ਕਿਆ ਇਹ ਸਰਕਾਰਾਂ ਉਹਨਾਂ ਨੂੰ 2-2-4-4 ਮਰਲੇ ਪਲਾਟ ਨਹੀਂ ਦੇ ਸਕਦੀਆਂ? ਇਹ ਵੀ ਮੁੱਦਾ ਇੱਕ ਖਿਦਰਾਬਾਦ ਦਾ ਖਾਸ ਰਹੂੰਗਾ। ਅਗਰ ਆਮ ਆਦਮੀ ਪਾਰਟੀ ਦੀ ਸਰਕਾਰ ਆਉਂਦੀ ਹੈ ਤਾਂ ਅਸੀਂ ਇਸ 'ਤੇ ਜ਼ਰੂਰ ਵਿਚਾਰ ਔਰ ਚਰਚਾ ਕਰਾਂਗੇ। ਅਗਰ ਇਸ ਤਰ੍ਹਾਂ ਹੁੰਦਾ ਹੋਇਆ ਤਾਂ ਅਸੀਂ ਬਾਅਦ 'ਤੇ ਜ਼ੋਰ ਲਾਵਾਂਗੇ, ਜਿਹੜਾ ਸਾਡੇ ਹਲਕੇ ਦਾ ਨੁਮਾਇੰਦਾ ਹੋਊਗਾ, ਅਸੀਂ ਇਹ ਸਰਕਾਰ ਤੱਕ ਆਵਾਜ਼ ਪਹੁੰਚਾਉਂਗੇ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ 'ਤੇ। ਉਸ ਤੋਂ ਬਾਅਦ
ਨਵੇਂ ਗਰਾਂ ਦੀ ਆਪਾਂ ਗੱਲ ਕਰੀਏ, ਨਵਾਂ ਗਰਾਂ ਦੇ ਵਿੱਚ ਬਹੁਤ ਜ਼ਿਆਦਾ ਜਿਹੜਾ ਸਿਸਟਮ ਹੈ ਉਹ ਖਤਮ ਹੋਇਆ ਵਾ। ਉੱਥੇ ਸੀਵਰ ਦੀ ਸਮੱਸਿਆ, ਪਾਣੀ ਦੀ ਸਮੱਸਿਆ ਹੈ ਨਾ, ਕੋਈ ਸੁੰਦਰ ਪਾਰਕ ਨਹੀਂ ਹੈ, ਕੋਈ ਡਿਸਪੈਂਸਰੀ ਨਹੀਂ ਹੈ, ਵੱਡਾ ਹੋਸਪਿਟਲ ਨਹੀਂ ਹੈ, ਔਰ ਸ਼ਾਮ ਟਾਈਮ ਤਾਂ ਉੱਥੇ ਬੰਦਾ ਤੁਰਕ ਨਹੀਂ ਲੰਘ ਸਕਦਾ ਹੈ। ਕਿ ਇਹ ਨਯਾਗਰੋ ਚੰਡੀਗੜ੍ਹ ਦੇ ਨਾਲ ਲੱਗਦਾ ਬਹੁਤ ਵੱਡਾ ਸ਼ਹਿਰ ਹੈ ਮਾਰਕੀਟ ਦੇ ਵਜੋਂ। ਚੰਡੀਗੜ੍ਹ ਦੇ ਨਾਲ ਲੱਗਣ ਦੇ ਬਾਵਜੂਦ ਵੀ ਨਵੇਂ ਗਰਾਂ ਦੇ ਵਿੱਚ ਹਾਲੇ ਉਹ ਵਿਕਾਸ ਨਹੀਂ ਹੋਇਆ ਜੋ ਹੋਣਾ ਚਾਹੀਦਾ। ਆਬਾਦੀ ਵੀ ਬਹੁਤ ਹੈ, ਆਬਾਦੀ ਬਹੁਤ ਹੈ, ਨਵੇਂ ਗਰਾਂ ਦੇ ਨਾਲ 9 ਪਿੰਡ ਜੁੜਦੇ ਹੈ, ਅਤੇ ਨਵੇਂ ਗਰਾਂ ਦੇ ਨਾਲ ਜਿਹੜੇ 9 ਪਿੰਡ ਹੈ ਉੱਥੇ ਬਿਲਕੁਲ ਵੀ ਜਿਹੜਾ ਵਿਕਾਸ ਨਹੀਂ ਹੋਇਆ। ਬਸ ਸ਼ਾਮ ਨੂੰ ਆਪਾਂ ਲੰਘ ਨਹੀਂ ਸਕਦੇ ਉੱਥੇ, ਟ੍ਰੈਫਿਕ ਦੀ ਸਮੱਸਿਆ, ਅੱਜ ਤੱਕ ਉੱਥੇ ਕੋਈ ਬੱਸ ਸਟੈਂਡ ਦੀ ਬਣਾ ਸਕੀ ਹੈ ਜਿਹੜੀਆਂ ਨਵੀਆਂ ਸਰਕਾਰਾਂ ਹੈ, ਅਤੇ ਆ ਚੇਨਈ ਦੀ ਨਵੀਂ ਸਰਕਾਰ ਕਹਿੰਦਾ ਮੇਰੀ ਨਵੀਂ ਸਰਕਾਰ ਹੈ ਤਾਂ ਪੁਰਾਣੀ ਹੋ ਇਹ, ਲੇਕਿਨ ਇਹ ਬਿਲਕੁਲ ਫੈਲ ਹੈ ਨਵੇਂ ਗਰਾਂ ਦਾ ਜਿਹੜੇ ਵਿਕਾਸ ਹੈ ਅੱਜ ਤੱਕ ਕੁਛ ਨਹੀਂ ਹੋਇਆ, ਲੋਕ ਨਵੇਂ ਗਰਾਂ ਦੇ ਵਿੱਚ ਬਹੁਤ ਜ਼ਿਆਦਾ ਪਰੇਸ਼ਾਨ ਹੈ। ਬਾਕੀ ਖਰੜ ਦੇ ਵਿੱਚ ਵੀ ਚੰਨੀ ਸਾਹਿਬ ਨੇ ਮੇਰੇ ਖਿਆਲ ਨੀਂਹ ਪੱਥਰ ਰੱਖੇ ਬੱਸ ਸਟੈਂਡ ਦੇ, ਲੇਕਿਨ ਉਹ ਕਦੋਂ ਅਤੇ ਕਦ ਪੂਰਾ ਆਉਂਦਾ ਇਹ ਤਾਂ ਸਮਾਂ ਦੇਖੂੰਗਾ। ਬਾਕੀ ਬਹੁਤ ਵਧੀਆ ਆਪਣਾ ਜਿਹੜਾ ਖਰੜ ਇਲਾਕਾ ਹੈ ਚੰਡੀਗੜ੍ਹ ਦੇ ਬਿਲਕੁਲ ਨਜ਼ਦੀਕ ਹੈ, ਅਤੇ ਇੱਥੇ ਆਪਣੇ ਸ਼ਿਵਾਲਿਕ ਦੀ ਪਹਾੜੀ ਦੇ ਵਿਚਾਲੇ ਬਹੁਤ ਪਿੰਡ, ਔਰ ਇਹ ਵਧੀਆ ਇੱਕ ਟੂਰਿਜ਼ਮ ਪੁਆਇੰਟ ਵੀ ਬਣ ਸਕਦਾ ਅਗਰ ਸਰਕਾਰਾਂ ਉਰੇ ਗੌਰ ਕਰੇ। ਲੇਕਿਨ ਉਰੇ ਜਿਹੜਾ ਵੀ ਨੇਤਾ ਆਉਂਦਾ ਉਹ ਲੁੱਟਣ ਔਰ ਸੁੱਟਣ ਲਈ ਆਉਂਦੇ, ਕਿਉਂਕਿ ਇੱਥੇ ਮੈਨਿੰਗ ਬਹੁਤ ਹੈ। ਇੱਥੇ ਬਹੁਤ ਵਧੀਆ ਇੱਕ ਖੇਡ ਹਲਕਾ ਆਪਾਂ ਪੂਰੇ ਪੰਜਾਬ ਦੇ ਵਿੱਚ ਨੰਬਰ ਇੱਕ 'ਤੇ ਆਪਾਂ ਤਿਆਰ ਕਰ ਸਕਦੇ ਹਾਂ ਜੇ ਆਪਣੀ ਨੀਤ ਹੋਵੇ ਤਾਂ। ਅਤੇ ਕੀ ਲੱਗਦਾ ਵੀ ਅਗਰ ਆਮ ਜਿੱਦਾਂ ਆਪਾਂ ਗੱਲ ਕਰੀਏ ਕਾਂਗਰਸ ਸਰਕਾਰ ਪਿੱਛੇ, ਜੇ ਉਸ ਤੋਂ ਪਿੱਛੇ ਵੀ ਕਾਂਗਰਸ ਸਰਕਾਰ ਨੇ ਇਸ ਇਲਾਕੇ ਦੇ ਵਿੱਚ ਜਿੱਦਾਂ ਜਗਮੋਹਨ ਸਿੰਘ ਜੀ ਕੰਗ ਜੀ ਨੇ ਬਹੁਤ ਵਧੀਆ ਕੰਮ ਕਰਵਾਏ ਨੇ, ਕੀ ਲੱਗਦਾ ਵੀ ਕਿਤੇ ਨਾ ਕਿਤੇ ਕੋਈ ਘਾਟ ਰਹਿੰਦੀ ਹੈ? ਦੇਖੋ ਲੀਡਰਾਂ ਦਾ ਫਰਜ਼ ਬਣਦਾ ਕੰਮ ਕਰਨਾ, ਲੀਡਰ ਜੇ ਕੰਮ ਕਰਦੇ ਆ ਤਾਂ ਸਾਡੇ 'ਤੇ ਕੋਈ ਅਹਿਸਾਨ ਨਹੀਂ ਕਰਦੇ, ਉਹ ਲੋਕਾਂ ਦੇ ਟੈਕਸ ਦੀ ਪੈਸਾ ਜੋ ਗ੍ਰਾਂਟਾਂ ਦੇ ਰੂਪ ਦੇ ਵਿੱਚ ਸਾਡੇ ਕੋਲ ਵਾਪਸ ਆਉਂਦਾ। ਜੇ ਅੱਜ ਖਿਦਰਾਬਾਦ ਦਾ ਵਿਕਾਸ ਹੋਇਆ ਵੀ ਹੈ ਤਾਂ ਉਹ ਲੀਡਰਾਂ ਨੇ ਵਿਕਾਸ ਕਰਕੇ, ਕਿਉਂਕਿ ਅਹਿਸਾਨ ਥੋੜ੍ਹੀ ਕਰਦਾ ਸਾਡੇ 'ਤੇ ਵੀ ਅਸੀਂ ਕੋਈ ਅਹਿਸਾਨ ਕਰਤਾ, ਉਹ ਸਾਡੀ ਪੈਸਾ, ਉਹ ਸਰਕਾਰ ਦਾ ਫਰਜ਼ ਬਣਦਾ ਕਿ ਲੋਕਾਂ ਦੇ ਜਿਹੜੇ ਟੈਕਸ ਦਾ ਪੈਸਾ ਇਹ ਲੋਕਾਂ 'ਤੇ ਲੱਗੇ, ਜੇ ਕੋਈ ਥੋੜ੍ਹਾ ਬਹੁਤਾ ਕੰਮ ਹੋਇਆ ਹੈ ਤਾਂ ਉਹ ਲੋਕਾਂ ਦੇ ਟੈਕਸ ਦਾ ਪੈਸਾ ਹੈ ਜਿਸ ਲੈਵਲ 'ਤੇ ਹੋਣਾ ਚਾਹੀਦਾ। ਦੇਖੋ ਅੱਜ ਸਾਨੂੰ ਲੀਡਰਾਂ ਨੇ ਗਲੀਆਂ ਨਾਲੀਆਂ ਤੱਕ ਸਹਿਮਤ ਕਰਕੇ ਰੱਖਤਾ, ਗਲੀਆਂ ਨਾਲੀਆਂ ਸੜਕ ਇਹ ਮੁੱਦਾ ਨਹੀਂ ਹੈ, ਮੁੱਦਾ ਹੈ ਬੇਰੁਜ਼ਗਾਰੀ ਨੂੰ ਖਤਮ ਕਰਨਾ, ਮੁੱਦਾ ਹੈ ਜਿੱਦਾਂ ਮੌੜ ਬੰਬ ਧਮਾਕਾ ਹੋਇਆ ਤਾਂ ਉਹ ਮੁੱਦੇ ਸੋਲਵ ਕਰਨੇ, ਆ ਨਵਾਂ ਹੁਣ ਕੋਰਟ ਕੰਪਲੈਕਸ ਦੇ ਵਿੱਚ ਆਪਣਾ ਹੋਇਆ ਲੁਧਿਆਣਾ, ਉਹ ਮੁੱਦੇ ਖਤਮ ਕਰਨੇ ਹੈ, ਉਹ ਜਿਹੜੇ ਦੋਸ਼ੀ ਉਹ ਫੜਨੇ, ਸੁਣੋ ਉਸ 'ਤੇ ਬਾਅਦ ਗੁਰੂ ਦੀ ਬੇਅਦਬੀ ਕਿੰਨੀ ਹੋਈ ਹੈ, ਉਹਨਾਂ ਦੋਸ਼ੀਆਂ ਦੀ ਤਹਿ ਤੱਕ ਜਾਣਾ ਚਾਹੀਦਾ ਕਿ ਕੌਣ ਕਰਵਾ ਰਹੇ ਆ, ਇਸ ਦੇ ਪਿੱਛੇ ਕੌਣ ਹੈ, ਇਲੈਕਸ਼ਨ ਦੇ ਨੇੜੇ ਆ ਕੇ ਹੀ ਕਿਉਂ ਹੁੰਦੇ ਆ ਤੁਹਾਡੇ ਹਿਸਾਬ ਨਾਲ? ਜਿਹੜਾ ਸੁਣੋ ਜਿਹੜਾ ਦਾਗ ਅਕਾਲੀ ਦਲ 'ਤੇ ਲੱਗਿਆ ਸੀ ਉਹ ਦਾਗ ਕਾਂਗਰਸ 'ਤੇ ਵੀ ਲੱਗ ਚੁੱਕਿਆ ਹੈ, ਕਿਉਂਕਿ ਕਾਂਗਰਸ ਦੇ ਰਾਜ ਵਿੱਚ ਵੀ ਕਾਫੀ ਵਾਰੀ ਜਿਹੜੀ ਬੇਅਦਬੀ ਹੈ ਉਹ ਹੋ ਚੁੱਕੀ ਹੈ। ਸੋ ਇਹ ਮੁੱਦੇ ਆ ਬੇਰੁਜ਼ਗਾਰੀ ਖਤਮ ਕਰਨੀ, ਪੰਜਾਬ ਦੀ ਜਿਹੜੀ ਇਕਾਨਮੀ ਹੈ ਉਹਨੂੰ ਵਧਾਉਣਾ, ਪੰਜਾਬ ਦੇ ਸਿਰ 'ਤੇ ਜੋ ਕਰਜ਼ਾ ਹੈ ਉਹਨੂੰ ਖਤਮ ਕਰਨਾ। ਇਹ ਨਹੀਂ ਹੈਗਾ ਕਿ ਅਸੀਂ ਪਾਰਕ ਬਣਾ ਤਾ, ਅਸੀਂ ਗਲੀਆਂ ਬਣਾਤੀਆਂ, ਸੜਕਾਂ ਬਣਾਤੀਆਂ, ਠੀਕ ਹੈ ਨਾ, ਅਤੇ ਅਸੀਂ ਲੋਕਾਂ ਨੂੰ ਆਟਾ ਦਾਲ ਦੇ ਤਾ ਜਾਂ ਨਰੇਗਾ ਮਨਰੇਗਾ ਦਿੱਤੀ, ਲੋਕ ਆਪ ਖਾ ਕੇ ਆਪਣਾ ਜਿਹੜਾ ਕਮਾ ਕੇ ਖਾ ਸਕਦੇ ਹਾਂ, ਲੇਕਿਨ ਉਹਨਾਂ ਲੋਕਾਂ ਨੂੰ ਸਾਨੂੰ ਸੁਚੇਤ ਕਰਨ ਦੀ ਲੋੜ ਹੈ, ਉਹਨਾਂ ਨੂੰ ਗਾਹਾਂ ਕੇ ਲੈਣ ਦੀ ਲੋੜ ਹੈ। ਪਿੰਡ ਖਿਜਰਾਬਾਦ ਦੇ ਆਲੇ ਦੁਆਲੇ ਜਿੰਨੇ ਪਿੰਡਾਂ ਵਾਲੇ ਨੇ, ਕੀ ਲੱਗਦਾ ਵੀ ਕਿਸ ਚੀਜ਼ ਦੀ ਘਾਟ ਹੈ ਜੋ ਤੁਹਾਨੂੰ ਨਜ਼ਰ ਆਉਂਦੀ ਹੈ? ਦੇਖੋ ਇੱਥੇ ਖਿਦਰਾਬਾਦ ਦੇ ਨੇੜੇ ਤੇੜੇ ਦੇ ਜਿਹੜੇ ਪਿੰਡ ਹੈ, ਖਿਦਰਾਬਾਦ ਇੱਕ ਐਸਾ ਪਿੰਡ ਹੈ ਜਿਹੜਾ ਇਲਾਕੇ ਦੇ ਮੈਕਸੀਮਮ ਮੈਂ ਨਹੀਂ ਮੰਨਦਾ ਹੈਗਾ ਕਿ ਜ਼ਿਆਦਾ ਨਹੀਂ ਤਾਂ 20 ਪਿੰਡਾਂ ਨੂੰ ਲੀਡ ਕਰਦਾ, ਕਿਉਂਕਿ ਖਿਦਰਾਬਾਦ ਮੇਨ ਬੱਸ ਸਟੈਂਡ ਹੈ, ਖਿਦਰਾਬਾਦ ਦੇ ਵਿੱਚ ਹੀ ਡਿਸਪੈਂਸਰੀ ਹੈ ਔਰ ਮਾਰਕੀਟ ਵੀ ਹੈ, ਔਰ ਇਹ ਲੋਕ ਨੇੜੇ ਤੇੜੇ ਦੇ ਜਿਹੜੇ ਪਿੰਡ ਹੈ ਉਹ ਇੱਥੇ ਆਉਂਦੇ ਹੈ। ਲੇਕਿਨ ਜੇ ਆਪਾਂ ਗੱਲ ਕਰੀਏ ਇੱਧਰ ਬਿੰਦਰਖ ਨੂੰ ਜਾਈਏ ਤਾਂ ਪ੍ਰਖਾਰੀ ਵਾਲਾ ਪੁਲ ਹੈ, ਇੱਕ ਬਹੁਤ ਲੰਬੇ ਸਮੇਂ ਤੋਂ ਜਿਹੜੀ ਮੰਗ ਹੈ ਉਹ ਲੋਕਾਂ ਦੀ ਰਹੀ ਹੈ ਕਿ ਉਹ ਲੱਗਣਾ ਚਾਹੀਦਾ। ਇੱਧਰ ਘਾਟ ਏਰੀਆ ਚਲੇ ਜਾਓ ਆਪਾਂ ਤਾਰਾਂ ਪਰ ਮਾਜਰੀ ਵਗੈਰਾ, ਇੱਧਰ ਲੋਕਾਂ ਨੂੰ ਇਹ ਲੱਗਦਾ ਕਿ ਜਿੱਦਾਂ ਉਹ ਜੰਗਲਾਂ ਦੇ ਇੱਕ ਤਰ੍ਹਾਂ ਦੇ ਵਾਸੀ ਬਣੇ ਪਏ ਹੈ, ਕਿਉਂਕਿ ਜਦੋਂ ਬਾਰਿਸ਼ ਦਾ ਸਮਾਂ ਆਉਂਦਾ ਹੈ ਉੱਥੇ ਤਾਂ ਹਾਲੇ ਤੱਕ ਪੁਲੇ ਨਹੀਂ ਲੱਗੀਆਂ ਹੈਗੀਆਂ, ਛੋਟੀਆਂ ਪੁਲੀਆਂ ਨਹੀਂ ਲੱਗੀਆਂ ਹੈਗੀਆਂ, ਬੱਚਿਆਂ ਨੂੰ ਬੜਾ ਔਖਾ ਹੁੰਦਾ ਸਕੂਲ, ਬਹੁਤ ਔਖਾ ਸਕੂਲ ਉੱਥੇ, ਕੋਈ ਮੈਂ ਕਹਿੰਦਾ ਦੇਸ਼ ਆਜ਼ਾਦ ਹੋਏ ਨੂੰ ਕਿੰਨੇ ਸਾਲ ਹੋ ਗਏ, ਅੱਜ ਤੱਕ ਉਸ ਪਿੰਡ ਦੇ ਵਿੱਚ ਇਹਨਾਂ ਸਰਕਾਰਾਂ ਨੇ ਬੱਸ ਨਹੀਂ ਭੇਜੀ ਹੈਗੀ, ਉਹਨਾਂ ਲੋਕਾਂ ਨੂੰ ਆਉਣਾ ਜਾਣ ਵਾਸਤੇ ਕਿੰਨੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ 'ਤੇ। ਇਹ ਸਾਰੀਆਂ ਜਿਹੜੀਆਂ ਮੁਸੀਬਤਾਂ ਹੈ ਅਸੀਂ ਆਪਣੇ ਨੁਮਾਇੰਦਿਆਂ ਨੂੰ ਬੋਲ ਕੇ ਜੋ ਉਸ ਇੱਥੇ ਜਿੱਤੂਗਾ ਅਸੀਂ ਉਹਨੂੰ ਪਹਿਲ ਦੇ ਆਧਾਰ 'ਤੇ ਹੱਲ ਕਰਾਂਗੇ। ਤੁਹਾਡਾ ਕਹਿਣਾ ਵੀ ਜੋ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਸੀਗੀ ਅਤੇ ਪਿਛਲੇ ਸਰਕਾਰ ਦੇ ਉੱਪਰ ਅਕਾਲੀ ਸਰਕਾਰ ਦੇ ਉੱਪਰ ਇੱਕ ਧੱਬਾ ਲੱਗ ਗਿਆ ਸੀਗਾ, ਅਤੇ ਮੌਜੂਦਾ ਸਰਕਾਰ ਦੇ ਉੱਪਰ ਵੀ ਕਾਂਗਰਸ ਸਰਕਾਰ ਦੇ ਮੌਜੂਦ ਜੀ ਵੀ ਇਹੋ ਜੋ ਬੇਅਦਬੀ ਹੋਈਆਂ ਨੇ ਵੀ ਇਹਦੇ ਉੱਪਰ ਵੀ ਧੱਬਾ ਲੱਗ ਗਿਆ? ਧੱਬਾ ਲੱਗੇ ਗਿਆ ਜਨਾਬ, ਹੋਰ ਕਿਤੇ ਲੱਗੂਗੀ ਸਰਕਾਰ? ਮੇਰੀ ਗੱਲ ਸੁਣ, ਜਦ ਅਕਾਲੀ ਦਲ ਨੂੰ ਬਦਨਾਮ ਕਰਦੇ ਹੈ ਕਿ ਅਕਾਲੀ ਦਲ ਦੀ ਸਰਕਾਰ ਦੇ ਵਿੱਚ ਬੇਅਦਬੀ ਹੋਈ ਹੈ ਤਾਂ ਅਕਾਲੀ ਦਲ ਬਦਨਾਮ ਹੋ ਗਈ, ਹੁਣ ਕਾਂਗਰਸ ਦੇ ਮੌਜੂਦਾ ਹਾਲਾਤ ਦੇ ਵਿੱਚ ਹੋਈ ਹੈ ਤਾਂ ਕਾਂਗਰਸ ਬਦਨਾਮ ਹੋ ਗਈ? ਤੁਹਾਨੂੰ ਕੀ ਲੱਗਦਾ ਵੀ ਅਕਾਲ ਤਖ਼ਤ ਗੁਰਦੁਆਰਾ ਸ਼੍ਰੀ ਦਰਬਾਰ ਸਾਹਿਬ ਵਿਖੇ ਜੋ ਬੇਅਦਬੀ ਹੋਈ ਹੈ ਉਸਦਾ ਸੌਦਾ ਲਗਾ ਦਿੱਤਾ ਗਿਆ ਸੰਗਤਾਂ ਵੱਲੋਂ, ਸਹੀ ਹੈ ਜਾਂ ਗਲਤ ਹੈ?
ਦੇਖੋ ਜੋ ਇਹ ਗੱਲ ਹੋਈ ਹੈ ਇਹ ਬਿਲਕੁਲ ਮਨਭਾਗੀ ਘਟਨਾ ਹੈ ਜਿਹਨੇ ਇਹ ਦਰਬਾਰ ਸਾਹਿਬ ਦੇ ਵਿੱਚ ਸਾਡਾ ਅਕਾਲ ਤਖਤ ਹੈ ਸਾਡਾ ਇੱਕ ਤਰ੍ਹਾਂ ਦਾ ਗੁਰੂ ਦੇ ਘਰ ਵਿੱਚ ਜਾ ਕੇ ਇੱਦਾਂ ਦਾ ਜਿਹੜਾ ਕੰਮ ਕਰਨਾ ਜਦੋਂ ਲੋਕ ਗੁੱਸੇ ਦੇ ਵਿੱਚ ਆਉਂਦੇ ਆ ਫਿਰ ਇੱਦਾਂ ਦੀ ਜਿਹੜੀ ਅਣਹੋਣੀਆਂ ਘਟਨਾ ਉਹ ਹੋ ਜਾਂਦੀਆਂ ਜੇ ਹੁਣ ਸਰਕਾਰਾਂ ਨਹੀਂ ਕੁਝ ਕਰੂੰਗੀ ਪ੍ਰਸ਼ਾਸਨ ਕਰੂੰਗਾ ਨਹੀਂ ਤਾਂ ਲੋਕ ਤਾਂ ਫਿਰ ਕੋਈ ਨਾ ਕੋਈ ਸਟੈਪ ਤਾਂ ਚੱਕੂੰਗੇ ਹੀ ਜੇ ਸਰਕਾਰਾਂ ਹੀ ਕੁਝ ਕਰੇ ਨਾ ਜੇ ਸਰਕਾਰਾਂ ਹੀ ਚਾਹੁਣ ਇੱਦਾਂ ਦੀਆਂ ਬੇਅਦਬੀਆਂ ਨਾ ਹੋਣ ਤਾਂ ਕੋਈ ਐਸਾ ਲਾਅ ਤਿਆਰ ਹੋਣਾ ਚਾਹੀਦਾ ਕਿ ਜਿਹੜਾ ਫਾਸਟ ਟਰੈਕ 'ਤੇ ਇਹਨਾਂ ਨੇ ਜਿਹੜਾ ਕੇਸ ਹੈ ਉਹਨੂੰ ਜਲਦੀ ਹੈਂਡਲ ਕਰਕੇ ਲੋਕਾਂ ਦੀ ਨਿਗਾਹ ਦੇ ਵਿੱਚ ਉਸਨੂੰ ਕਲੀਅਰ ਕਰਨਾ ਚਾਹੀਦਾ। ਹੁਣ ਤੁਸੀਂ ਲਾ ਲਓ 84 ਤੋਂ ਲੈ ਕੇ 84 ਦੇ ਦੰਗੇ ਦਾ ਸਾਨੂੰ ਇਨਸਾਫ਼ ਨਹੀਂ ਮਿਲਿਆ ਹੁਣ ਤੱਕ, ਅਕਾਲ ਤਖ਼ਤ ਸਾਹਿਬ 'ਤੇ ਅਟੈਕ ਹੋਇਆ, ਬਰਗਾੜੀ ਕਾਂਡ ਦੇਖ ਲਓ, ਬਹਿਬਲ ਕਲਾਂ ਗੋਲੀ ਕਾਂਡ ਦੇਖ ਲਓ, ਇਹ ਸਾਰੇ ਜਿਹੜੇ ਮੁੱਦੇ ਆ ਇਹ ਲਮਕ ਰਹੇ ਹੈ। ਜੇ ਇਹ ਮੁੱਦੇ ਲਮਕਦੇ ਰਹੋਗੇ ਤਾਂ ਲੋਕਾਂ ਦੇ ਵਿੱਚ ਨਿਰਾਸ਼ਾ ਜਾਊਗੀ ਤਾਂ ਉਹ ਜਿਹੜੇ ਸਿਸਟਮ ਹੈ ਫਿਰ ਉਹ ਗਲਤ ਪਾਸੇ ਨੂੰ ਹੀ ਤੁਰਦਾ ਹੁੰਦਾ। ਕੀ ਲੱਗਦਾ ਵੀ ਆਮ ਆਦਮੀ ਪਾਰਟੀ ਨੇ ਹਜੇ ਤੱਕ ਮੁੱਖ ਮੰਤਰੀ ਅਨਾਊਂਸ ਨਹੀਂ ਕੀਤਾ ਅਤੇ ਚੋਣਾਂ ਬਹੁਤ ਨੇੜੇ ਨੇ? ਦੇਖੋ ਤੁਸੀਂ ਇਹ ਵਧੀਆ ਕੁਐਸਚਨ ਕਰਿਆ, ਲੇਕਿਨ ਹਾਲੇ ਤੱਕ ਕਾਫੀ ਸਮੇਂ ਦੀ ਡਿਮਾਂਡ ਹੈ ਅਸੀਂ ਵੀ ਇਹ ਪਾਰਟੀ ਤੱਕ ਗੱਲ ਪਹੁੰਚਾਈ ਹੈ ਕਿ ਉਹਨਾਂ ਨੂੰ ਜਿਹੜਾ ਮੁੱਖ ਮੰਤਰੀ ਦਾ ਚਿਹਰਾ ਹੈ ਉਹ ਅਨਾਊਂਸ ਕਰ ਦੇਣਾ ਚਾਹੀਦਾ ਹੈ, ਲੇਕਿਨ ਆਮ ਆਦਮੀ ਪਾਰਟੀ ਮੁੱਖ ਮੰਤਰੀ ਦੇ ਚਿਹਰੇ ਨਾਲ ਹੀ 2022 ਦੀ ਜਿਹੜੀ ਚੋਣ ਹੈ ਉਹ ਲੜੂੰਗੀ। ਲੇਕਿਨ ਹਾਲੇ ਤਾਂ ਬੀਜੇਪੀ ਨੇ ਨਹੀਂ ਆਪਣਾ ਸੀਐਮ ਦਾ ਚਿਹਰਾ ਅਨਾਊਂਸ ਕਰਿਆ, ਨਾ ਹੀ ਕਾਂਗਰਸ ਨੇ ਕਰਿਆ ਹੈਗਾ, ਠੀਕ ਹੈ ਨਾ। ਅਤੇ ਆਉਣ ਵਾਲੇ ਸਮੇਂ ਦੇ ਵਿੱਚ ਚੋਣ ਜ਼ਾਬਤੇ ਦੇ ਨੇੜੇ ਤੇੜੇ ਜਾਂ ਉਸ ਤੋਂ ਬਾਅਦ ਜਿਹੜਾ ਮੁੱਖ ਮੰਤਰੀ ਦਾ ਚਿਹਰਾ ਹੈ ਉਹ ਆਮ ਆਦਮੀ ਪਾਰਟੀ ਅਨਾਊਂਸ। ਵਿਧਾਨ ਸਭਾ ਚੋਣਾਂ ਦੇ ਵਿੱਚ ਵੀ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਰਾਜ ਕਾਇਮ ਕਰ ਸਕਦੀ ਸੀਗੀ, ਪਰ ਮੁੱਖ ਮੰਤਰੀ ਦਾ ਚਿਹਰਾ ਨਹੀਂ ਜਲਦੀ ਅਨਾਊਂਸ ਕਰਕੇ ਤੁਹਾਨੂੰ ਪਤਾ ਹੀ ਹੈ ਗੜਬੜ ਤਾਲਮੇਲ ਸਹੀ ਨਹੀਂ ਰਿਹਾ। ਦੇਖੋ ਚਲੋ ਕਈ ਵਾਰੀ ਗਲਤੀਆਂ ਹੋ ਜਾਂਦੀਆਂ ਅਸੀਂ ਮੰਨਦੇ ਹਾਂ, ਲੇਕਿਨ ਜੋ ਪਿੱਛੇ ਹੋਇਆ ਉਹ ਆਮ ਆਦਮੀ ਪਾਰਟੀ ਅੱਗੇ ਨਹੀਂ ਕਰੇਗੀ। 2022 ਦਾ ਜਿਹੜਾ ਮੁੱਖ ਮੰਤਰੀ ਦਾ ਚਿਹਰਾ ਪਾਰਟੀ ਐਲਾਨ ਕਰਕੇ ਹੀ ਪੰਜਾਬ ਦੀਆਂ ਚੋਣਾਂ ਦੇ ਵਿੱਚ ਉਤਰੇਗੀ। ਅਤੇ ਅਖੀਰ ਵਿੱਚ ਖਰੜ ਇਲਾਕੇ ਦੇ ਜਿੰਨੇ ਮਤਲਬ ਕਿ ਖਰੜ ਇਲਾਕੇ ਦੇ ਜਿੰਨੇ ਵੀ ਵੀਡੀਓ ਦੇਖ ਰਹੇ ਉਹਨਾਂ ਨੂੰ ਕੀ ਕਹਿਣਾ ਚਾਹੁੰਗਾ ਸੁਨੇਹਾ ਕੋਈ? ਮੈਂ ਤਾਂ ਸਭ ਨੂੰ ਇਹੀ ਕਹਿਣਾ ਚਾਹੂੰਗਾ, ਬੇਨਤੀ ਕਰਨਾ ਚਾਹੂੰਗਾ ਕਿ ਦੇਖੋ ਆਪਾਂ ਨੇ ਕੋਈ ਮਨ ਦੇ ਵਿੱਚ ਨਿਰਾਸ਼ਾ ਨਹੀਂ ਰੱਖਣੀ ਹੈਗੀ, ਆਪਾਂ ਨੇ ਸਿਰਫ਼ ਇੱਕ ਬੰਦੇ ਲਈ ਕੰਮ ਨਹੀਂ ਕਰਨਾ, ਆਪਾਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਲਿਆਉਣੀ ਹੈ, ਇੱਕ ਤੀਜਾ ਬਦਲ ਲੈ ਕੇ ਆਉਣਾ। ਮੈਂ ਹਲਕਾ ਖਰੜ ਨੂੰ ਨਹੀਂ ਪੂਰੇ ਪੰਜਾਬ ਦੇ ਲੋਕਾਂ ਨੂੰ ਇਹ ਬੇਨਤੀ ਕਰਨਾ ਚਾਹੂੰਗਾ ਕਿ ਇੱਕ ਮੌਕਾ ਆਮ ਆਦਮੀ ਪਾਰਟੀ ਨੂੰ ਦਿਓ, ਅਗਰ ਆਮ ਆਦਮੀ ਪਾਰਟੀ ਚੰਗੇ ਕੰਮ ਕਰੂੰਗੀ 5 ਸਾਲ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਵੋਟ ਪਾ ਦਿਓ, ਅਗਰ ਨਹੀਂ ਕਰੂੰਗੀ ਤਾਂ ਅਸੀਂ ਵੀ ਤੁਹਾਨੂੰ ਇਹ ਅਪੀਲ ਨਹੀਂ ਕਰਾਂਗੇ ਕਿ ਤੁਸੀਂ ਆਮ ਆਦਮੀ ਪਾਰਟੀ ਨੂੰ ਵੋਟ ਪਾਓ। ਅਗਰ ਦੂਸਰੀਆਂ ਪਾਰਟੀਆਂ ਤੁਸੀਂ 70 ਸਾਲ ਦਾ ਸਮਾਂ ਦਿਆ ਤਾਂ ਇੱਕ ਮੌਕਾ ਆਮ ਆਦਮੀ ਪਾਰਟੀ ਨੂੰ ਜ਼ਰੂਰ ਦੇਣਾ ਚਾਹੀਦਾ ਹੈ। ਜੋ ਦਿੱਲੀ ਮਾਡਲ ਅਰਵਿੰਦ ਕੇਜਰੀਵਾਲ ਜੀ ਨੇ ਤਿਆਰ ਕਰਿਆ ਉੱਦਾਂ ਦੇ ਹੀ ਕੰਮ ਅਸੀਂ ਪੰਜਾਬ ਦੇ ਵਿੱਚ ਵੀ ਵਧੀਆ ਤਰੀਕੇ ਨਾਲ ਕਰ ਸਕਦੇ ਹਾਂ, ਇਹ ਕਰ ਤਾਂ ਸਕਦੇ ਹਾਂ ਅਗਰ ਲੋਕਾਂ ਦਾ ਸਹਿਯੋਗ 2022 ਦੇ ਵਿੱਚ ਸਾਨੂੰ ਮਿਲੇਗਾ। ਅਤੇ ਆਖਰੀ ਸਵਾਲ, ਜੋ ਕਿ ਬਿਕਰਮ ਸਿੰਘ ਮਜੀਠੀਆ ਨੂੰ ਤੁਸੀਂ ਦੇਖਿਆ ਵੀ ਕੇਸ ਹੋ ਗਿਆ ਉਹਨਾਂ ਉੱਪਰ ਅਤੇ FIR ਦਰਜ ਹੋ ਚੁੱਕੀ ਹੈ ਅਤੇ ਉਹ ਆਪਣੇ ਆਪ ਨੂੰ ਕਹਿ ਰਹੇ ਨੇ ਵੀ ਸਾਡਾ ਇਸ ਦੇ ਵਿੱਚ ਕੋਈ ਹੱਥ ਨਹੀਂ ਹੈ? ਦੇਖੋ ਇਹ ਜੋ ਪਾਰਟੀ ਨੇ ਕਾਂਗਰਸ ਪਾਰਟੀ ਨੇ ਮਜੀਠੀਆ ਸਾਹਿਬ 'ਤੇ ਪਰਚਾ ਕਰਿਆ ਇਹ ਐਂਡ ਮੌਕੇ 'ਤੇ ਆ ਕੇ ਬਿਲਕੁਲ ਜਦੋਂ ਚੋਣ ਜ਼ਾਬਤ ਲੱਗਣ ਵਾਲੇ ਉਦੋਂ ਕਰਿਆ ਹੈ, ਇਸ ਨੂੰ ਤਾਂ ਫਿਰ ਅਸੀਂ ਇੱਕ ਪਬਲਿਕ ਸਟੰਟ ਕਹਿ ਸਕਦੇ ਹਾਂ ਲੋਕਾਂ ਨੂੰ ਉਕਸਾਉਣ ਦੇ ਲਈ, ਪਰ ਉਹ ਭੱਜਦੇ ਨਜ਼ਰ ਆ ਰਹੇ ਨੇ ਇਸ ਤੋਂ। ਮਜੀਠੀਆ ਜਿਹੜੇ ਚੋਰ ਆਉਂਦੇ ਤਾਂ ਭੱਜੀ ਕਰਦਾ, ਠੀਕ ਹੈ ਨਾ। ਦੇਖੋ ਇੱਕ ਆਮ ਬੰਦੇ 'ਤੇ ਜੇ ਪਰਚਾ ਹੋ ਜਾਵੇ ਤਾਂ ਇਹ ਜਿਹੜਾ ਪੁਲਿਸ ਪ੍ਰਸ਼ਾਸਨ ਹੈ ਜਾਂ ਸਰਕਾਰ ਹੈ ਤਾਂ ਉਹਨਾਂ ਦੇ ਜਿਹੜੇ ਘਰ ਦੇ ਜੀ ਹੁੰਦੇ ਆ ਉਹਨਾਂ ਨੂੰ ਚੁਕਵਾ ਦਿੰਦੀਆਂ ਜੀ। ਜੇ ਕਿਸੇ ਗਰੀਬ 'ਤੇ ਪਰਚਾ ਹੋਇਆ ਬੰਦਾ ਨਾ ਤਾਂ ਪੁਲਿਸ ਗੇੜੇ ਮਾਰ ਮਾਰ ਕੇ ਤੰਗ ਕਰ ਦੇਣੀ ਘਰਦਿਆਂ ਨੂੰ ਕਿ ਉਹ ਬੰਦਾ ਕਿੱਥੇ ਹੈ ਪੇਸ਼ ਕਰੋ, ਠੀਕ ਹੈ ਨਾ। ਅਤੇ ਉਹਦੇ ਟੱਬਰ ਦੇ ਕਿਸੇ ਜੀ ਨੂੰ ਚੱਕ ਲੈ ਜੂੰਗੀ। ਤਾਂ ਬਿਕਰਮ ਮਜੀਠੀਆ ਨੂੰ ਹਾਲ ਤੱਕ ਪਾਰਟੀ ਨੇ ਕਿਉਂ ਨਹੀਂ ਰੈਟ ਕਰਿਆ? ਕਾਂਗਰਸ ਦੇ ਵਿੱਚ ਤਾਂ ਪੰਜਾਬ ਦੇ ਵਿੱਚ ਤਾਂ ਕਾਂਗਰਸ ਦੀ ਸਰਕਾਰ ਹੈ ਤਾਂ ਬਿਕਰਮ ਮਜੀਠੀਆ ਨੂੰ ਕਿਉਂ ਨਹੀਂ ਮਿਲ ਰਿਹਾ? ਉਹਨਾਂ ਨੇ ਜ਼ਮਾਨਤ ਲਈ ਸੀ, ਜ਼ਮਾਨਤ ਵੀ ਰੱਦ ਹੋ ਗਈ ਸੀ ਹਾਈਕੋਰਟ ਦੇ ਵਿੱਚ ਉਹਨਾਂ ਦੀ। ਜ਼ਮਾਨਤ ਤਾਂ ਰੱਦ ਹੋ ਗਈ, ਲੇਕਿਨ ਅਗਰ ਇਹਨਾਂ ਨੇ ਪਰਚੇ ਕਰੇ ਤਾਂ ਫੜੇ ਵੀ ਇਹਨਾਂ ਨੂੰ। ਜਦੇ ਮਜੀਠੀ ਨੂੰ ਨਹੀਂ ਫੜ ਸਕਦੇ, ਜਿਹੜੇ ਛੋਟੇ ਮੋਟੇ ਹੁੰਦੇ ਆ ਤਾਸਕਰ ਉਹਨਾਂ ਨੂੰ ਤਾਂ ਮਿੰਟ ਮਾ ਫੜ ਜਾਂਦੀਆਂ, ਨਹੀਂ ਵੀ ਫੜ ਹੁੰਦੇ ਤਾਂ ਕਿਸੇ ਦੀ ਮਾਂ ਨੂੰ ਲੈ ਜਾਂਦੇ ਆ, ਕਿਸੇ ਬਾਪ ਨੂੰ ਲੈ ਜਾਂਦੇ, ਕਿਸੇ ਭਰਾ ਨੂੰ ਲੈ ਜਾਂਦੇ ਆ, ਪਹਿਲਾਂ ਉਹਨੂੰ ਪੇਸ਼ ਕਰੋ ਫਿਰ ਅਸੀਂ ਇਹਨਾਂ ਨੂੰ ਛੱਡੂਗੇ, ਠੀਕ ਹੈ ਨਾ। ਹੁਣ ਬਿਕਰਮ ਮਜੀਠੀਆ ਦੇ ਖਿਲਾਫ਼ ਵੀ ਐਸੀ ਹੀ ਰਣਨੀਤੀ ਕਾਂਗਰਸ ਕਿਤਾਬ, ਮੈਂ ਤਾਂ ਕਾਂਗਰਸ ਨੂੰ ਮੰਨਾਂ। ਇਹ ਨਹੀਂ ਹੈ ਕਿ ਗਰੀਬ ਵਾਸਤੇ ਹੋਰ ਕਾਨੂੰਨ ਹੈ, ਅਮੀਰਾਂ ਵਾਸਤੇ ਹੋਰ ਕਾਨੂੰਨ ਹੈ। ਤੁਸੀਂ ਵੀ ਇਸ ਗੱਲ ਸਹਿਮਤ ਹੋ ਕਿ ਜਦੋਂ ਕਿਸੇ ਗਰੀਬ 'ਤੇ ਪਰਚਾ ਹੋ ਜਾਂਦਾ ਨਾ, ਜੇ ਉਹ ਜਿਹਦੇ ਮੈਂ ਪਰਚਾ ਹੋਇਆ ਬੰਦਾ ਅਗਰ ਉਹ ਨਾ ਮਿਲੇ ਤਾਂ ਉਹਨਾਂ ਦੇ ਘਰ ਦਾ ਕੋਈ ਨਾ ਕੋਈ ਮੈਂਬਰ ਉਠਾ ਲਿਆ ਜਾਂਦਾ। ਕਿਆ ਬਿਕਰਮ ਮਜੀਠੀਆ ਦੇ ਖਿਲਾਫ਼ ਨਹੀਂ ਕੁਛ ਇੱਦਾਂ ਹੋ ਸਕਦਾ? ਇਹ ਹੋਣਾ ਚਾਹੀਦਾ। ਬਹੁਤ ਬਹੁਤ ਧੰਨਵਾਦ ਜੀ, ਮਿਹਰਬਾਨੀ।
ਇਹ ਸਨ ਨੋਨੂ ਭੱਟੀ ਪਿੰਡ ਖਿਜਰਾਬਾਦ ਤੋਂ। ਇਹਨਾਂ ਨੇ ਦੱਸਿਆ ਵੀ ਖਰੜ ਹਲਕੇ ਦੇ ਕਈ ਮੁੱਦੇ ਨੇ, ਨਵਾਂ ਗਰਾਉਂ ਹੋਵੇ, ਉਹਦੇ ਆਲੇ ਦੁਆਲੇ ਦੇ ਲੱਗਦੇ ਪਿੰਡਾਂ ਦੇ ਵਿੱਚ ਹਸਪਤਾਲ ਹੋ ਗਿਆ, ਜਾਂ ਜੋ ਸੜਕ ਨੇ ਸੜਕਾਂ ਨਹੀਂ ਬਣੀਆਂ ਹੋਈਆਂ, ਬਹੁਤ ਮੁੱਦੇ ਨੇ। ਪੰਜਾਬ ਦੇ ਵਿੱਚ ਜੋ ਡਰੱਗ ਮਾਫੀਆ ਬਿਕਰਮ ਸਿੰਘ ਮਜੀਠੀਆਂ ਦੇ ਉੱਪਰ ਦੋਸ਼ ਲਗਾਏ ਗਏ ਨੇ ਇਹਨਾਂ ਵੱਲੋਂ, ਅਤੇ ਹੋਰ ਕਈ ਜਿੱਦਾਂ ਕਮਰ ਸੰਧੂ ਬਾਰੇ ਇਹਨਾਂ ਨੂੰ ਦੱਸਿਆ ਗਿਆ ਵੀ ਪਹਿਲਾਂ ਜੋ ਕਿ ਗਲਤੀਆਂ ਕੀਤੀਆਂ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੇ, ਉਹ ਮੁੜ ਕੇ ਨਹੀਂ ਦੁਹਰਾਈਆਂ ਜਾਣਗੀਆਂ, ਬਲਕਿ ਜੋ ਮੌਜੂਦਾ ਖਰੜ ਹਲਕੇ ਦੇ ਵਿੱਚ ਪੈਰਾਸ਼ੂਟ ਦੇ ਤੌਰ ਦੇ ਉੱਪਰ ਅਮੋਲ ਗਗਨ ਮਾਨ ਨੂੰ ਸੁੱਟਿਆ ਗਿਆ। ਦੇਖਦੇ ਹਾਂ ਵੀ ਆਉਣ ਵਾਲੀ ਚੋਣਾਂ ਦੇ ਵਿੱਚ ਕੀ ਬਣਦਾ, ਕੀ ਰਾਜਨੀਤੀ ਹੁੰਦੀ ਹੈ ਅਤੇ ਕਿਹੜੀਆਂ ਪਾਰਟੀਆਂ ਮੋਰਚਾ ਮਾਰਦੀਆਂ ਨੇ। ਅਤੇ ਇਸੇ ਤਰ੍ਹਾਂ ਬਣੇ ਰਹੇ ਹੋ ਖੰਨਾ ਟਾਈਮ ਟੀ ਵੀ ਦੇ ਨਾਲ। ਧੰਨਵਾਦ ਜੀ।